ਰੀਪਬਲਿਕ ਆਫ ਅਫਗਾਨਿਸਤਾਨ ਦੇ ਰਾਜਦੂਤ ਨੇ ਫਰੀਦ ਮਮਦ ਜ਼ੈ ਉਹਨਾਂ ਨੇ ਭਾਰਤ ਪਾਕਿਸਤਾਨ ਵਪਾਰ ਦੇ ਲਈ ਦੋਵਾਂ ਮੁਲਕਾਂ ਦੇ ਲਈ ਪਾਕਿਸਤਾਨ ਦੇ ਨਾਲ ਸੜਕਾਂ ਵਾਲੇ ਰਸਤੇ ਨੂੰ ਖੋਲਣ ਦੀ ਵਕਾਲਤ ਕੀਤੀ ਹੈ ਤੇ ਉਹ ਪਟਿਆਲਾ ਦੇ ਉਦਯੋਗਪਤੀ ਅਤੇ ਅਫਗਾਨੀ ਵਿਦਿਆਰਥੀਆਂ ਦੇ ਨਾਲ ਮੁਲਾਕਾਤ ਕਰਨ ਪਟਿਆਲਾ ਵੀ ਪਹੁੰਚੇ ਸਨ ਤੇ ਦੌਰਾਨ ਡਿਪਟੀ ਕਮਿਸ਼ਨਰ ਸੰਦੀਪ ਹਾਂਸ ਨੇ ਅਫਗਾਨਿਸਤਾਨੀ ਰਾਜਦੂਤ ਦਾ ਪਟਿਆਲਾ ਪਹੁੰਚਣ ਤੇ ਹਾਰਦਿਕ ਸਵਾਗਤ ਵੀ ਕੀਤਾ ਦੌਰਾਨ ਉਹਨਾਂ ਦੇ ਨਾਲ ਹੋਰ ਵੀ ਉੱਚ ਅਧਿਕਾਰੀ ਮੌਜੂਦ ਸੀ ਤਹਾਨੂੰ ਦੱਸ ਦਿੰਦੇ ਆ ਜਿਲ੍ਹਾ ਉਦਯੋਗ ਕੇਂਦਰ ਦੇ ਜਰਨਲ ਮੈਨੇਜਰ ਨੇ ਅਗੰਧ ਸਿੰਘ ਸੋਹੀ ਉਹ ਵੀ ਮजूद ਸਨ ਉਸ ਦੌਰਾਨ ਪੱਤਰਕਾਰਾਂ ਦੇ ਨਾਲ ਗੈਰ ਰਸਮੀ ਗਲਬਾਤ ਕਰਦਿਆਂ ਅਫਗਾਨੀ ਰਾਜਦੂਤ ਫਰੀਦ ਮਮੂਦ ਜ਼ੈਨੇ ਇਹ ਕਹਿ ਦਿੱਤਾ ਹੈ ਕਿ ਅੜਿੱਕੇ ਮੁਕਤ ਸੜਕੀ ਵਪਾਰ ਦੇ ਨਾਲ ਖਿੱਤੇ ਦੀ ਜੋ ਤਕਦੀਰ ਬਦਲੇਗੀ ਤੇ ਇਸ ਦਾ ਸਿੱਧਾ ਲਾਭ ਭਾਰਤ ਅਤੇ ਪੰਜਾਬ ਸਮੇਤ ਪਾਕਿਸਤਾਨ ਅਫਗਾਨਿਸਤਾਨ ਸਮੇਤ ਤੁਰਕੀ ਤੇ ਈਰਾਨ ਅਤੇ ਸੈਂਟਰਲ ਏਸ਼ੀਆ ਨੂੰ ਵੀ ਮਿਲੇਗਾ ਕਿ ਕੁਝ ਦੌਰਾਨ ਉਹਨਾਂ ਦਾ ਹੋਰ ਕਹਿਣਾ ਉਹ ਵੀ ਵੱਡੇ ਬਿਆਨ ਇਸ ਦੌਰਾਨ ਉਹਨਾਂ ਨੇ ਦੇ ਦਿੱਤੇ ਨੇ ਅਪੀਲ ਕਰ ਦਿੱਤੀ ਹੈ ਕਿ ਸੜਕਾਂ ਖੋਲ ਦਿੱਤੀਆਂ ਜਾਣ ਤਾਂ ਜੋ ਵਪਾਰ ਕੀਤਾ ਜਾ ਸਕੇ ਆਸਾਨੀ ਦੇ ਨਾਲ ਜਿਸ ਦਾ ਲਾਭ ਕਈ ਮੁਲਕਾਂ ਨੂੰ ਹੋਵੇਗਾ ਪੰਜਾਬ ਨੂੰ ਹੋਵੇਗਾ ਪਾਕਿਸਤਾਨ ਨੂੰ ਹੋਵੇਗਾ ਭਾਰਤ ਨੂੰ ਵੀ ਹੋਵੇਗਾ ਅਫਗਾਨਿਸਤਾਨ ਏਸ਼ੀਆ ਸਮੇਤ ਸਭ ਨੂੰ ਇਸ ਦਾ ਲਾਭ ਹੋਵੇਗਾ ਦੇਖਣ ਹੋਵੇਗਾ ਕਿ ਅਕਰਕਾਰ ਸੜਕੀ ਵਪਾਰ ਦੇ ਜੋ ਰਸਤੇ ਨੇ ਖੁੱਲਦੇ ਨੇ ਜਾ ਫਰੀਦ ਜੀ ਦਾ ਜੋ ਪੰਜਾਬ ਦੌਰਾ ਹੈ ਉਹ ਖਾਲੀ ਹੀ ਨਿਕਲ ਜਾਂਦਾ